Alu. मैंने कहना कि अली भाई की खिदमत क्यों हो रही है? क्यों मेरी खिदमत नहीं? मैं तो आज जरा ना कुदरती जरा ना छापा मारे देखे अली भाई तो जरा मैं ही कहना भाई अली भाई तो चला गया सारे एक बजे सारे ड्रामा सब ना है मुझे सारे तो सीधे चल खा पावे सुल्ला भैया हाँ चटनी का नहीं अली भाई वैसे भी जरा ना शौक रखते हैं ਲਿਆਉਂਦੇ ਆ ਤੈਨੂੰ ਗੋਟੀਆਂ ਦੇ ਖਾ ਪੈਂਦੇ ਖਾਧੀ ਨਹੀਂ ਹੈਗੇ ਦੁਪਹਿਰੀ ਕੀ ਖਾਧਾ ਸੀ ਹੈ ਮੋਈ ਮੁੰਡਾ ਕਹਿੰਦਾ ਬੋਟੀ ਫੜ ਜਾ ਗਿਆ ਮੇਨਾ ਅਲੀ ਭਾਈ ਜਿੱਦਣ ਮੇਰੇ ਕੋਲ ਆਏ ਨਾ ਉਸ ਦਿਨ ਮੈਂ ਇਹਨਾਂ ਨੂੰ ਉਹ ਕਬਾਬ ਖਿਲਾਣੇ ਔਰ ਇਹ ਮੈਂ ਅੱਗੇ ਵੀ ਕਹੀ ਸੀ ਤੁਸੀਂ ਮੈਨੂੰ ਟਾਈਮ ਨਹੀਂ ਦਿੱਤਾ ਹੈਗਾ ਪਤਾ ਹੀ ਕੀ ਅਤੇ ਹੁਣ ਜੇ ਮੇਰੀ ਸਭ ਤੋਂ ਵੱਡੀ ਸੇਵਾ ਕਰਨੀ ਨਾ ਆਲੂ ਪਾ ਕੇ ਅਤੇ ਨਮਕੀਨ ਚਾਵਲ ਘਰ ਨਹੀਂ ਉਹ ਉਹ ਹੈ ਨਹੀਂ 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 ਉਹ ਹੈ ਮੈਂ ਤੈਨੂੰ ਕਬਾਬ ਟੇਸਟ ਕਰਵਾਉਣੇ ਆ ਠੀਕ ਆ ਨਾ ਮੈਨੂੰ ਬੜੇ ਮਜ਼ੇ ਦੇ ਲੱਗਦੇ ਆ ਅਸਲ ਮੈਂ ਇਹ ਦੇਖਣਾ ਚਾਹੁੰਦਾ ਕਿ ਤੁਹਾਨੂੰ ਵੀ ਲੱਗਦੇ ਆ ਕੋਈ ਨਹੀਂ ਤਕਰੀਬਨ ਸਾਰੀਆਂ ਬਰਾਬਰ ਹੀ ਨਹੀਂ ਕੋਈ ਖਾਸ ਚੀਜ਼ ਜਿਹੜੀ ਮਸ਼ਹੂਰ ਚੌਕਾ ਦੀ ਕੁਦੇਸ਼ ਹੈ ਅੱਛਾ ਮੈਂ ਤਾਂ ਸੋਚੋ ਕਰਾਂ ਮੈਂ ਭਾਈ ਕਹਿੰਦਾ ਸੋਚਦਾ ਮੈਂ ਕਿਹੜੀ ਐਸਾ ਚੌਕਾ ਜ਼ਮ ਤੇ ਮਸ਼ਹੂਰ ਹੋਟਲ ਹੋਵੇ ਜਿਹਦੀ ਇੱਕ ਡਿਸ਼ ਮਸ਼ਹੂਰ ਹੋਵੇ ਕੋਈ ਕੋਈ ਫੂਡ ਦਾ ਸਟਾਲ ਹੋਵੇ ਲਾ ਕੋ ਜੱਟਾਂ ਜਗਾੜ ਮੈਨੂੰ ਵੀ ਜਿਹੜੇ ਮਸ਼ਹੂਰ ਖਾਣਾ ਉੱਥੇ ਬੰਦਾ ਜਾਵੇ ਜਿਹੜਾ ਉਹਨਾਂ ਦਾ ਮਤਲਬ ਹੈ ਨਾ ਬਾਵਰਚੀ ਖਾਣ ਪਕਾਉਣਾ ਵਾਲਾ ਬਾਵਰਚੀ ਉਹ ਪਕਾਉਣ ਵਾਲਾ ਭਾਵੇਂ ਕੋਈ ਵੀ ਚੀਜ਼ ਹੈ ਉਹਨੇ ਕਹੇ ਭੇ ਤੂੰ ਜਿਹੜਾ ਉਹ ਚੀਜ਼ ਬਣਾ ਤੀ ਅਸੀਂ ਤੇਰੀ ਰੈਸਪੀ ਸ਼ੂਟ ਕਰਾਂ ਉਹ ਜਿਹੜਾ ਨਾ ਮੈਂ ਕਈ ਜਗ੍ਹਾ ਤੇ ਵਾਕਈ ਹਰ ਜਗ੍ਹਾ ਦੇ ਨਹੀਂ ਹੁਣ ਵਿਲੇਜ ਹੋਟਲ ਤੇ ਕਿਹੜੀ ਕਿਹੜੀ ਸ਼ਹਿਰ ਮਸ਼ਹੂਰ ਹੈ ਵਿਲੇਜ ਹੋਟਲ ਵਾਲੇ ਨਾਲ ਹੈ ਕੋਈ ਕਨੈਕਸ਼ਨ ਸਾਰੇ ਨਵੇਂ ਬਣੇ ਜੁਮਾ ਜੁਮਾ ਹੋਏ ਅੱਠ ਕੇ ਯਾਨੀ ਕਿ ਨਵੇਂ ਬਣੇ ਸਹੀ ਹੁਣ ਮੈਂ ਮਸਾਲ ਦਿੰਦਾ ਕਿਸੇ ਜਗ੍ਹਾ 'ਤੇ ਮੱਛੀ ਮਸ਼ਹੂਰ ਆ ਹੁਣ ਪਤਾ ਕੋਈ
ਜਿਹੜਾ ਉਹ ਸਿੱਖਾਂ ਦੇ ਸਮੋਸੇ ਮਸ਼ਹੂਰ ਆ ਬਿਲਕੁਲ ਭਾਈ ਬਣਾ ਤੇ ਕਿਸੇ ਜਗ੍ਹਾ ਦੀ ਕੋਈ ਫੂਡ ਵਾਲਾ ਆਈਟਮ ਜਿਹੜਾ ਨਾ ਉਹ ਜ਼ਬਰਦਸਤ ਯਾਨੀ ਕਿ ਇੱਥੇ ਹਜੇ ਤੱਕ ਜਿਹੜਾ ਨਾ ਹੁਣ ਬਣ ਰਹੇ ਨੇ ਨਵੇਂ ਯਾਨੀ ਕਿ ਫੂਡ ਸੈਂਟਰ ਜਿਹੜਾ ਮੇਨ ਬਾਜ਼ਾਰ 'ਚ ਸ਼ੇਖਾਂ ਦੇ ਸਮੋਸੇ ਨੇ ਬਹੁਤ ਬੈਸਟ ਉਸ ਵਕਤ 40 ਰੁਪਏ ਦੀ ਪਲੇਟ ਦਿੰਦੇ ਸੀ ਉਸ ਵਕਤ ਹੁਣ ਤਾਂ ਮੈਨੂੰ ਪਤਾ ਅੱਜ ਤੋਂ 10-12 ਸਾਲ ਪਹਿਲੇ ਦੇਣਗੇ ਹਰ ਦੱਸਿਆ ਸੀ ਮੈਂ ਹੁਣ ਜਿਹੜਾ ਪਿਛਲਾ ਉਹ ਜਿਹੜਾ ਸੂਟ ਸਿਲਾਇਆ ਬਾਈ ਉਹਦਾ ਕਹਿੰਦਾ ਦੇਖੇ ਕਿੱਡਾ ਰਾਸਤਾ ਉਹ ਤੁਹਾਡੇ ਤੋਂ ਮੈਂ ਕਹਿੰਦਾ ਬੜਾ ਹੋਣਾ ਹੋਏ 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 ਅਸਲ ਜਦੋਂ ਇਹ ਸ਼ਗਿਰਦਾਂ ਤੋਂ ਕੰਮ ਕਰਾਉਂਦੇ ਆ ਉਦੋਂ ਹੀ ਮਸਲਾ ਬਣਦਾ ਜੇ ਆਪ ਖੁਦ ਕਰਨ ਕਦੇ ਮਸਲਾ ਨਹੀਂ ਬਣਿਆ ਜਿਹੜਾ ਹੁਣ ਤੂੰ ਸਿਲਾਈ ਕਰਾਇਆ ਉਹ ਵੀ ਖਰਾਬ ਹੋ ਗਿਆ ਖਰਾਬ ਹੋ ਕਿੰਨਾ ਪੈ ਬੜਾ ਪੈ ਰਾਤ ਨੂੰ ਉਸਤਾਦ ਉਸਤਾਦ ਹੁੰਦਾ ਠੀਕ ਹੈ ਅਗਰ ਉਸਤਾਦ ਕੋਈ ਮਿਸਟੇਕ ਵੀ ਹੋਏਗੀ ਨਾ ਉੱਥੇ ਡਿਜ਼ਾਈਨ ਬਣਾ ਦੇਗਾ ਬਿਲਕੁਲ ਇਸ ਤਰ੍ਹਾਂ ਠੀਕ ਹੈ ਨਾ ਤੇ ਸ਼ਗਿਰਦ ਨੇ ਤਾਂ ਫਿਰ ਲੀਲਾ ਨਹੀਂ ਲਾਣੇ ਉਹਨੇ ਕਹਣਾ ਵੀ ਉਹਨੇ ਜਾਂਚ ਵੀ ਤਾਂ ਸਿੱਖਣੀ ਹੈ ਕਿਸੇ ਤਰੀਕੇ ਬਾਈ ਦਾ ਸੁਣੂਗਾ ਫਿਰ ਇਹ ਚੌਕਾ ਸੁਣ ਕੇ ਕੋਈ ਨਹੀਂ ਐਸਾ ਜਿਹਦੇ ਨਾਲ ਪਤਾ ਹੋਵੇ ਜਾਂ ਪਛਾਣ ਇੱਕ ਹੈ ਇੱਕ ਹੈ ਜਿਹੜਾ ਨਾ ਉਹ ਡਿਸ਼ ਬਣਾਉਣ ਉਹ ਜੇ ਆਪਾਂ ਉਹਦੇ ਕੋਲੋਂ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕੈਮਰੇ 'ਚ ਦਿਖਾਵਾਂਗੇ ਮੈਨੂੰ ਉਹਦੇ ਨਾਲ ਗੱਲਬਾਤ ਕੋਈ ਚੌਗਾ ਹੁੰਦੀ ਐਸੀ ਚੀਜ਼ ਹੋਵੇ ਨਮਕੀਨ ਦੱਸੋ ਉਹ ਨੀ ਹੋਟਲ ਤਪਾਕ ਇਬਰਾਹਿਮ ਤੋਂ ਥੋੜ੍ਹਾ ਜਿਹਾ ਅੱਗੇ ਆਉਂਦਾ ਠੀਕ ਹੈ ਤਬਾਕ ਹੋਟਲ ਦਾ ਜਿਹੜਾ ਰੈਸਪੀ ਹੈ ਨਾ ਉਹ ਨਮਕੀਨ ਕੱਟੇ ਦੀ ਸਹੀ ਠੀਕ ਹੈ ਨਾ ਉਹ ਕਿਆ ਕਿਆ ਜ਼ਬਰਦਸਤ ਮੈਂ ਉਹਦੇ ਨਾਲ ਹੈ ਜਾਣ ਕਰਿਓ ਜੇ ਚਲੋ ਮੈਂ ਕਰਕੇ ਤੇ ਫਿਰ ਤੁਹਾਨੂੰ ਮੈਂ ਦੱਸਾਂ ਭਾਈ ਨੇ ਦੱਸ ਦਿੱਤਾ ਆਪਣਾ ਤੂੰ ਦੱਸ ਕੀ ਦੱਸਾਂ ਉਹਨੇ ਦੱਸ ਦਿੱਤਾ ਜਿਹੜੀ ਡਿਸ਼ ਮਠਿਆਈ ਲੈਣ ਗਿਆ ਅਗਲੇ ਵੀਡੀਓ ਨੇ ਬਣਾਉਣੀ ਕਹਿੰਦਾ ਮੈਂ ਪੁਲਿਸ ਚੱਕਲ ਜੋ ਵੀ ਹਾਂ ਇਹ ਡਰਦੀ ਅਸਲ ਪਤਾ ਕੀ ਭਾਈ ਅਜੇ ਕਿਉਂਕਿ ਫੂਡ ਅਥੋਰਟੀ ਵਾਲੇ ਆ ਉਹ ਤੇ ਗਾਲਾਂ ਕਿ ਫਿੱਟ ਹੁੰਦੇ ਇਹਨਾਂ ਦੇ ਅੱਛਾ ਕਿਸੇ ਹੱਦ ਤੱਕ ਮੈਂ ਉਹਨਾਂ ਨਾਲ ਐਗਰੀ ਕਰਦਾ ਮੈਂ ਕਹਿੰਦਾ ਵੀ ਸਹੀ ਕੰਮ ਕਰਦੇ ਆ ਉਹ ਗਲਤ ਕੰਮ ਨਹੀਂ ਬਰਦਾਸ਼ਤ ਕਰਦੇ ਤੇ ਜ਼ਾਹਿਰ ਸੀ ਬਾਤ ਹੁਣ ਗਲਤ ਕੰਮ ਹੁੰਦਾ ਵੀ ਬੜਾ ਕੁਛ ਇਹ ਮੱਕਾ ਹੋਟਲ ਵਾਲਿਆਂ ਦੀ ਕਹਾਣੀ ਸੁਣੀ ਹੈ ਮੱਕਾ ਹੋਟਲ ਵਾਲਿਆਂ ਦੀ ਚੌਕਰ ਮਾਲ ਜੀ ਚੌਕਰ ਨੂੰ ਤੇ ਹਾਂ ਉਹ ਮੱਕਾ ਹੋਟਲ ਲੈ ਕੇ ਤੈਨੂੰ ਮਤਲਬ ਕੋਈ ਵੀ ਚੀਜ਼ ਖਾਵੇ ਤੇ ਤੈਨੂੰ ਕਿਸੇ ਸ਼ਾਇਦ ਹੋਰ ਦੀ ਵੀ ਤਲਬ ਹੋਈ ਮੈਂ ਦੇਖਿਆ ਨੀ ਨਾ ਮੈਂ ਖਤਮ ਹੋ ਗਿਆ ਮੇਰੀ ਨਿਗਾਹ ਤਾਂ ਮੋੜਿਆ ਸੀ ਮੋੜਿਆ ਸੀ ਨਾ
ਉਹਦੀ ਬੀਵੀ ਦਰਿਆ ਚ ਗਿਰ ਗਈ। ਦਰਿਆ ਇਸ ਤਰ੍ਹਾਂ ਚੱਲਦਾ ਸੀ ਤੇ ਇਹਨੇ ਜਿਹੜੀ ਗੱਲ ਕੀਤੀ ਮੈਂ ਤਾਂ ਜਵਾਬ ਦੇ ਦਰਿਆ ਇਸ ਤਰ੍ਹਾਂ ਪਾਣੀ ਜਾ ਰਿਹਾ ਸੀ ਤੁਰਿਆ ਜਾ ਰਿਹਾ ਜੇ ਮੈਂ ਘਰ ਫੋਨ ਕੀਤਾ ਨਾ ਕਿਆ ਮੈਂ ਪੰਜਾਂ ਬੰਦਿਆਂ ਦਾ ਖਾਣਾ ਪਕਾ ਦੇ ਤੇ ਉਹਨੇ ਦਸਾਂ ਦਾ ਪਕਾ ਦਿੱਤਾ। ਜੇ ਮੈਂ ਦਸਾਂ ਦਾ ਆਖਿਆ ਉਹਨੇ ਪੰਜਾਂ ਦਾ ਪਕਾ ਦਿੱਤਾ, ਠੀਕ ਹੈ ਨਾ। ਉਲਟ ਚੱਲਦੀ ਆ, ਜੇ ਉਹਨੂੰ ਮੈਂ ਕਿਹਾ ਨਾ ਵੀ ਆਹ ਕੰਮ ਕਰਨਾ ਉਹਨੇ ਉਹਨੇ ਉਲਟ ਕਰਨਾ, ਠੀਕ ਹੈ ਨਾ। ਕਹਿੰਦਾ ਵੀ ਹੁਣ ਉਹ ਡੁੱਬੀ ਆ, ਯਾਨੀ ਕਿ ਦਰਿਆ ਚ ਗਿਰੀ ਆ, ਹੁਣ ਉਹਨੇ ਉਹ ਇਹਨੂੰ ਗਈ ਹੋਊਗੀ, ਇਹਨੂੰ ਨੀ ਗਈ ਹੋਊਗੀ, ਠੀਕ ਹੈ ਨਾ। ਇਸ ਕਰਕੇ ਮੈਂ ਇਹਨੂੰ ਜਾ ਰਿਹਾ। अगर ये वीडियो हमारी आज के हमारे बहन भाइयों को अच्छी लगे तो इसे लाइक और शेयर करें, और इसके साथ जिन्हों बहन भाई ने हमारा अभी तक पंजाबी फिर चैनल को सब्सक्राइब नहीं किया तो सब्सक्राइब कर लें। इसके साथ हम सबको दें इजाज़त। अल्लाह हाफिज़।